ਦੀ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਲਈ ਗਈ CA ਫਾਈਨਲ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿੱਚ ਗਰੋਇਆ ਨੇਲੇ ਪਿੰਡ ਅਪਰਾ ਦੀ ਰਹਿਣ ਵਾਲੀ ਗੁਰਵਿੰਦਰ ਕੌਰ ਪੁੱਤਰੀ ਹਰਨੇਕ ਸਿੰਘ ਨੇ ਸਫਲਤਾ ਹਾਸਲ ਕੀਤੀ। ਇੱਥੇ ਦੱਸਣਯੋਗ ਹੈ ਕਿ ਗੁਰਵਿੰਦਰ ਕੌਰ ਨੇ ਆਪਣੇ ਨਾਨਕੇ ਪਿੰਡ ਰੁੜਕਾ ਕਲਾਂ ਵਿਖੇ ਰਹਿ ਕੇ ਸਾਰੀ ਵਿੱਦਿਆ ਹਾਸਲ ਕੀਤੀ। CA ਬਣਨ ਦੀ ਖੁਸ਼ੀ ਵਿੱਚ ਗੁਰਵਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਵਧਾਈ ਦਿੰਦੇ ਹੋਏ ਉਸ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਨਵੀਂ ਬਣੀ CA ਗੁਰਵਿੰਦਰ ਕੌਰ ਨੇ ਕਿਹਾ ਕਿ ਪਰਮਾਤਮਾ, ਮਾਤਾ ਪਿਤਾ ਅਤੇ ਨਾਨਕਾ ਪਰਿਵਾਰ ਦੇ ਆਸ਼ੀਰਵਾਦ ਸਦਕਾ ਹੀ ਉਸ ਨੂੰ ਅੱਜ ਇਹ ਮੁਕਾਮ ਹਾਸਲ ਹੋਇਆ ਹੈ। ਉਹਨਾਂ ਕਿਹਾ ਕਿ ਔਂਕੜਾਂ ਨੂੰ ਦੇਖ ਕੇ ਕਦੇ ਵੀ ਆਪਣਾ ਰਾਹ ਨਹੀਂ ਬਦਲਣਾ ਚਾਹੀਦਾ, ਕਿਉਂਕਿ ਕੋਸ਼ਿਸ਼ ਨਾਲ ਹੀ ਚੰਗਾ ਮੁਕਾਮ ਹਾਸਲ ਹੁੰਦਾ ਹੈ। ਉਹਨਾਂ ਕਿਹਾ ਕਿ ਜਦੋਂ ਸਾਨੂੰ ਕੋਈ ਮੁਕਾਮ ਹਾਸਲ ਹੁੰਦਾ ਹੈ ਤਾਂ ਸਭ ਤੋਂ ਵੱਧ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਉਸਦੀ ਖੁਸ਼ੀ ਹੁੰਦੀ ਹੈ, ਜਿਸ ਦਾ ਕੋਈ ਵੀ ਮੁਕਾਬਲਾ ਨਹੀਂ। ਇਸ ਮੌਕੇ ਗੁਰਵਿੰਦਰ ਕੌਰ ਦੇ ਮਾਮਾ ਜਸਦੀਪ ਸਿੰਘ ਭੋਗਲ ਨੇ ਗੁਰਵਿੰਦਰ ਕੌਰ ਦੀ CA ਬਣਨ ਦੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਇਹੋ ਜਿਹੇ ਬੱਚਿਆਂ ਤੋਂ ਪ੍ਰੇਰਣਾ ਲੈ ਕੇ ਨੌਜਵਾਨਾਂ ਨੂੰ ਆਪਣੇ ਭਵਿੱਖ ਵਿੱਚ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਜਤਿੰਦਰ ਕੌਰ, ਜਸਵਿੰਦਰ ਸਿੰਘ, ਸੰਤੋਖ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਜਗਦੇਵ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਕੌਰ ਆਦਿ ਮੌਜੂਦ ਸਨ। ਮੈਂ ਗੁਰਵਿੰਦਰ ਕੌਰ ਅਤੇ ਮੇਰਾ ਰਿਜ਼ਲਟ 16 January 2020 ਵਿੱਚ ਡਿਕਲੇਅਰ ਹੋਇਆ CA ਦਾ, ਅਤੇ ਮੈਂ CA ਫਾਈਨਲ ਨੂੰ ਕਲੀਅਰ ਕਰਕੇ ਹੁਣ ਮੈਂ ਚਾਰਟਰਡ ਅਕਾਊਂਟੈਂਟ ਬਣ ਗਈ ਹਾਂ। ਅਤੇ ਮੈਂ ਆਪਣੇ 5 ਫੇਲੀਅਰ ਅਟੈਂਪਟਸ ਤੋਂ ਬਾਅਦ ਵਿੱਚ 6th ਅਟੈਂਪਟ ਵਿੱਚ ਇਹ ਐਗਜ਼ਾਮ ਕਲੀਅਰ ਕੀਤਾ। ਅਤੇ ਇਹਦੇ ਵਿੱਚ ਮੇਰੀ ਫੈਮਿਲੀ, ਮੇਰੇ ਮੰਮਾ ਪਾਪਾ, ਮਾਮਾ ਜੀ, ਮਾਮੀ ਜੀ, ਬ੍ਰਦਰ, ਸਾਰਿਆਂ ਦਾ ਬਹੁਤ ਜ਼ਿਆਦਾ ਹੱਥ ਹੈ ਅਤੇ ਉਹਨਾਂ ਨੇ ਵੀ ਮੇਰੇ ਨਾਲ ਬਹੁਤ ਜ਼ਿਆਦਾ ਸਟਰਗਲ ਦੇ ਵਿੱਚ ਮੇਰੀ ਹੈਲਪ ਕੀਤੀ। ਅਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਦੇ ਵੀ ਡੀਮੋਟੀਵੇਟ ਨਾ ਹੋਵੋ ਅਗਰ ਤੁਹਾਨੂੰ ਫੇਲੀਅਰਸ ਆਉਂਦੇ ਨੇ, ਬਟ ਕਦੇ ਨਾ ਕਦੇ ਤੁਹਾਡਾ ਰਾਈਟ ਟਾਈਮ ਆਉਂਦਾ ਅਤੇ ਫਿਰ ਤੁਸੀਂ ਉਹਨਾਂ ਫੇਲੀਅਰਸ ਤੋਂ ਉੱਪਰ ਨਿਕਲ ਕੇ ਫਿਰ ਤੁਸੀਂ ਉਹ ਹਰ ਇੱਕ ਆਪਣਾ ਸੁਪਨਾ ਅਚੀਵ ਕਰ ਸਕਦੇ ਹੋ। ਅਤੇ ਇਹੀ ਚੀਜ਼ ਮੈਨੂੰ ਆਪਣੀ ਪੂਰੀ ਲਾਈਫ ਦੇ ਸਟਰਗਲ ਵਿੱਚੋਂ ਦੀ ਪਤਾ ਲੱਗੀ ਹੈ। ਅਤੇ ਅੱਜ ਮੈਂ ਇਸ ਸਾਰੀ ਅਟੈਂਪਟਸ ਤੋਂ ਬਾਅਦ 'ਚੋਂ ਜੋ ਮੈਨੂੰ ਅੱਜ ਸਕਸੈਸ ਮਿਲੀ ਹੈ, ਮੈਂ ਉਹਦੇ ਵਿੱਚ ਬਹੁਤ ਖੁਸ਼ ਹੈ। ਅਤੇ ਅੱਜ ਮੇਰੀ ਫੈਮਿਲੀ, ਸਾਡੇ ਸਾਰੇ ਕਰੀਬੀ ਸਭ ਇਕੱਠੇ ਹੋਏ ਆ ਅਤੇ ਅਸੀਂ ਇਹ ਸਾਰੀ ਚੀਜ਼ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ। ਮੈਂ ਸਾਰਿਆਂ ਨੂੰ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਤੁਸੀਂ ਅਚੀਵ ਕਰਨਾ ਉਹਦੇ ਵਿੱਚ ਵਿਸ਼ਵਾਸ ਰੱਖੋ ਅਤੇ ਬਸ ਉਹਦੇ ਲਈ ਆਪਣੀ ਮਿਹਨਤ ਕਰਦੇ ਰਹੋ, ਹਾਰਡਵਰਕ ਕਰਦੇ ਰਹੋ ਅਤੇ ਜੋ ਤੁਸੀਂ ਸੋਚਿਆ, ਜੋ ਤੁਹਾਡਾ ਡ੍ਰੀਮ ਹੈ, ਤੁਹਾਨੂੰ ਜ਼ਰੂਰ ਮਿਲੇਗਾ। ਮੇਰੇ ਮੰਮਾ ਨੇ ਮੇਰੀ ਬਹੁਤ ਹੈਲਪ ਕੀਤੀ ਸ਼ੁਰੂ ਤੋਂ ਹੀ। ਉਹਨਾਂ ਨੇ ਜਦੋਂ ਵੀ ਮੈਂ ਉਹਨਾਂ ਨੂੰ ਬੋਲਿਆ ਕਿ ਇਹ ਮੇਰਾ ਇੱਕ ਡ੍ਰੀਮ ਹੈ, ਆਈ ਥਿੰਕ 10th ਤੋਂ ਬਾਅਦ ਵਿੱਚੋਂ ਮੈਂ ਸੋਚ ਲਿਆ ਸੀਗਾ ਕਿ ਮੈਂ ਇੱਕ ਚਾਰਟਰਡ ਅਕਾਊਂਟੈਂਟ ਬਣਨਾ, ਐਂਡ ਉਹਨਾਂ ਨੇ ਉਦੋਂ ਤੋਂ ਮੇਰਾ ਸਾਥ ਦਿੱਤਾ ਅਤੇ ਉਹਨਾਂ ਨੇ ਮੈਨੂੰ ਕਦੇ ਵੀ ਕਿਸੇ ਚੀਜ਼ ਤੋਂ ਰੋਕਿਆ ਨਹੀਂ ਹੈਗਾ ਕਿ ਅਤੇ ਉਹਨਾਂ ਨੇ ਮੇਰੀ ਹਰ ਇੱਕ ਲੈਵਲ 'ਤੇ ਮੇਰੀ ਪੂਰੀ ਹੈਲਪ ਕੀਤੀ ਹੈ। ਅਤੇ ਜਦੋਂ ਵੀ ਮੇਰੇ ਫੇਲੀਅਰਸ ਆਏ, ਉਹਨਾਂ ਨੇ ਹਮੇਸ਼ਾ ਮੈਨੂੰ ਮੋਟੀਵੇਟ ਕੀਤਾ ਕਿ ਬੇਟਾ ਕੋਈ ਵਾਰੀ, ਕੋਈ ਗੱਲ ਨਹੀਂ, ਅਗਲੀ ਵਾਰੀ ਫੇਰ ਹੋ ਜਾਏਗਾ, ਅਗਲੀ ਵਾਰੀ ਹੋ ਜਾਏਗਾ। ਅਤੇ ਇਸੇ ਤਰੀਕੇ ਨਾਲ ਹੁਣ ਮੈਂ ਆਪਣੀ ਉਹ ਫਾਈਨਲਸ ਕਲੀਅਰ ਕਰਕੇ ਅੱਜ ਮੈਂ CA ਬਣ ਗਈ। ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਰੁੜਕਾ ਕਲਾਂ ਵਿੱਚ, ਨਾਨਕੇ ਪਰਿਵਾਰ ਵਿੱਚ, ਜੋ ਕਿ ਭਾਣਜੀ ਸਾਡੀ ਗੁਰਵਿੰਦਰ ਕੌਰ ਜਿਹਨੇ ਕਿ CA ਦਾ ਜਿਹੜਾ ਟੈਸਟ ਕਲੀਅਰ ਕੀਤਾ ਕਾਫੀ ਮਿਹਨਤ ਤੋਂ ਬਾਅਦ। ਅਸੀਂ ਨਾਨਕੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਨੂੰ ਬਹੁਤ ਜ਼ਿਆਦਾ ਵਧਾਈ ਦਿੰਦੇ ਹਾਂ ਅਤੇ ਮੈਂ ਹੋਰ ਵੀ ਅਪੀਲ ਕਰਦਾ ਬੱਚਿਆਂ ਨੂੰ ਕਿ ਇੱਦਾਂ ਦੇ ਮੋਟੀਵੇਸ਼ਨਲ ਬੱਚਿਆਂ ਦੀਆਂ ਸਟੋਰੀਆਂ ਦੇਖ ਕੇ ਜਿਹੜਾ ਆਪਾਂ ਹੋਰ ਅੱਗੇ ਵਧੀਆ ਤੋਂ ਵਧੀਆ ਪੜ੍ਹੀਏ, ਤਾਂ ਕਿ ਅਸੀਂ ਆਪਣੇ ਮਾਤਾ ਪਿਤਾ ਦਾ ਨਾਂ, ਆਪਣੇ ਇਲਾਕੇ ਦਾ, ਆਪਣੇ ਪਿੰਡ ਦਾ ਨਾਂ ਜਿਹੜਾ ਅਸੀਂ ਰੋਸ਼ਨ ਕਰ ਸਕਦੇ ਹਾਂ। ਮੈਂ ਇੱਕ ਵਾਰ ਫਿਰ ਜਿੰਨੇ ਵੀ ਪਤਵੰਤੇ ਸਾਡੇ ਵਿਹੜੇ ਅੱਜ ਵਧਾਈ ਦੇਣ ਆਇਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਸਾਡੇ ਨਾਲ ਜਿਹੜੀ ਖੁਸ਼ੀ ਕਾਫੀ ਟਾਈਮ ਬਾਅਦ, ਬੇਟੀ ਦੀ ਬਹੁਤ ਮਿਹਨਤ ਤੋਂ ਬਾਅਦ ਜਿਹੜੀ ਖੁਸ਼ੀ ਮਿਲੀ ਆ ਅਤੇ ਉਹ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਆਏ ਆ। ਆਂਢ ਗੁਆਂਢ ਜਿੰਨੇ ਵੀ ਪਤਵੰਤੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ
ਇੱਕ ਵਾਰ ਫਿਰ ਨਾਨਕੇ ਪਰਿਵਾਰ ਵੱਲੋਂ ਸਾਰੇ ਇਲਾਕੇ ਦਾ ਜੋ ਕਿ ਖੁਸ਼ੀ ਸਾਂਝੀ ਕਰ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।